ਵਾਹਿਗੁਰੂ ਸਾਹਿਬ ਜੀ, ਗੁਰੂ ਗਰੀਬ ਨਿਵਾਜ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੇ ਮਹਿਮਾ ਵਰਨਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਮੈਂ ਹਰ ਹਰ ਨਾਮ ਧਰ ਸੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ, ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋ ਕੁਰਸ਼ੋ ਛੱਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਣੈ ਸਗਲ ਵਸ ਤਾਂ ਕੈ, ਜਾ ਕਾ ਸਤਿਗੁਰ ਪੂਰਾ, ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕੈ, ਜਾ ਕਾ ਸਤਿਗੁਰ ਪੂਰਾ, ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ ਰਹਾਉ, ਜਨ ਕੇ ਚਰਨ ਵਸ ਹੈ ਮੇਰਾ ਹੀਅਰ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਇਹੀ, ਜਨ ਕੇ ਚਰਨ ਵਸੈ ਮੇਰੇ ਹੀ ਅਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰਾਂ ਦਾ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਦਰਸ਼ਨ ਦਦਾਰ ਬਖਸ਼ ਕੇ ਹਜ਼ੂਰ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਅਸੀਸ ਬਖਸ਼ੀ ਹੈ, ਰਹਿਮਤ ਕੀਤੀ ਹੈ ਮੇਰੇ ਮਾਲਕ ਨੇ। ਗੁਰੂ ਇਸੇ ਤਰ੍ਹਾਂ ਹੀ ਆਖਰੀ ਸਵਾਸਾਂ ਤੱਕ ਸਾਨੂੰ ਆਪਣੇ ਚਰਨਾਂ ਦੇ ਨਾਲ, ਆਪਣੇ ਦਰ ਦੇ ਨਾਲ ਜੋੜੀ ਰੱਖਣ। ਸਤਿਗੁਰੂ ਇਹ ਮਿਹਰ ਕਰਦੇ ਰਹਿਣ। ਇਹ ਅੰਮ੍ਰਿਤ ਬਚਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 679 ਤੇ 680 ਦੇ ਉੱਤੇ ਅੰਕਿਤ ਹਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਰਹਿਮਤਾਂ ਬਖਸ਼ਿਆ ਕਰਦੇ ਨੇ। ਕਹਿੰਦੇ ਨੇ ਸਤਿਗੁਰੂ, ਠਾਕੁਰ ਗਾਈਐ ਆਤਮ ਰੰਗ। ਇਸ ਪਾਵਨ ਹੁਕਮਨਾਮੇ ਵਿੱਚ ਸਾਹਿਬ ਜੀ ਨੇ
ਜੋ ਬਖਸ਼ਿਸ਼ ਕੀਤੀ ਹੈ ਨਾ, ਉਹ ਇੱਕ ਬੜੇ ਹਾਈਐਸਟ ਸਟੇਟਸ ਦੀ ਗੱਲ ਕੀਤੀ ਹੈ। ਸਾਡੀ ਜ਼ਿੰਦਗੀ ਦਾ ਇੱਕ ਜੋ ਸਭ ਤੋਂ ਸਿਰਮੌਰ ਰੁਤਬਾ ਹੈ, ਜੋ ਮਾਣ ਹੈ, ਜਿਸ ਕਰਕੇ ਜ਼ਿੰਦਗੀ ਮਿਲੀ ਹੈ, ਉਹ ਸਾਹਿਬ ਜੀ ਕਹਿੰਦੇ ਨੇ ਉਸ ਨੂੰ ਸੂਰਮਾ ਕਿਹਾ ਜਾਂਦਾ ਹੈ, ਜਿਹੜਾ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਸਫਲਾ ਕਰਕੇ ਜਿੱਤ ਕੇ ਜਾਵੇ ਉਹਨੂੰ ਸੂਰਮਾ ਕਿਹਾ ਜਾਂਦਾ ਹੈ। ਆਪਣੇ ਮਿਸ਼ਨ ਦੇ ਵਿੱਚ ਅਗਾਂਹ ਜਾ ਕਰਕੇ ਕਾਮਯਾਬ ਹੋ ਜਾਵੇ ਉਹਨੂੰ ਸੂਰਮਾ ਕਿਹਾ ਜਾਂਦਾ ਹੈ, ਵੀ ਹਾਂ ਇਸਨੇ ਕੁਝ ਕਰ ਲਿਆ ਹੈ। ਜੇ ਕੋਈ ਅਧੂਰਾ ਰਹਿ ਜਾਂਦਾ ਤੇ ਉਹਨੂੰ ਸੂਰਮਾ ਨਹੀਂ ਕਿਹਾ ਜਾਂਦਾ। ਤੇ ਉਹ ਕਿਵੇਂ ਬਣਦਾ ਹੈ? ਸਾਹਿਬ ਜੀ ਰਹਾਉ ਦੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਠਾਕੁਰ ਗਾਈਏ ਆਤਮ ਰੰਗ। ਠਾਕੁਰ ਪਰਮਾਤਮਾ ਸਤਿਗੁਰੂ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਬਣਿਆ ਰਹਿਣਾ, ਇਹ ਇੱਕ ਗਾਉਣਾ ਹੋ ਜਾਂਦਾ ਹੈ। ਹਰ ਬਖਸ਼ੀ ਹੋਈ ਦਾਤ ਦਾ ਸ਼ੁਕਰਾਨਾ ਕਰੀਏ, ਇਹ ਇੱਕ ਉਸ ਮਾਲਕ ਦੇ ਨਾਲ ਅਸੀਂ ਆਪਣੀ ਸਾਂਝ ਬਣਾਈ ਰੱਖਣ ਦੇ ਰਸਤੇ 'ਤੇ ਚੱਲ ਰਹੇ ਹਾਂ। ਅਤੇ ਜੇ ਦਾਤ ਪਿਆਰੀ ਵਿਸਰਿਆ ਦਾਤਾਰਾ, ਇਹੋ ਜਿਹੇ ਜੀਵਨ ਦੇ ਵਿੱਚ ਆ ਜਾਈਏ ਤਾਂ ਨਾ ਤਾਂ ਉਸ ਦਾਤ ਦੇ ਵਿੱਚੋਂ, ਉਸ ਵਸਤੂ ਦੇ ਵਿੱਚੋਂ ਸਾਨੂੰ ਸੁੱਖ ਅਤੇ ਆਨੰਦ ਮਿਲਣਾ ਹੈ, ਅਤੇ ਸਗੋਂ ਗੁਰੂ ਦੇ ਨਾਲੋਂ ਵੀ ਅਸੀਂ ਟੁੱਟ ਕੇ ਅਤੇ ਖਜਲ ਖੁਆਰ ਹੋਵਾਂਗੇ। ਹਰ ਵਿਸਰਤ ਸਦਾ ਖੁਆਰੀ, ਤਾਂ ਕਹੋ ਧੋਖਾ ਕਹਾਂ ਬਿਆ ਪੈ, ਜਾਂ ਕਹੋ ਓਟ ਤੁਹਾਰੀ। ਸਗੋਂ ਇਹ ਹੋਣਾ ਚਾਹੀਦਾ ਹੈ ਜੀ, ਇਸ਼ਨਾਨ ਕਰੀਏ, ਉਸ ਮਾਲਕ ਨੂੰ ਯਾਦ ਕਰੀਏ। ਇਸ਼ਨਾਨ ਕਰਨ ਤੋਂ ਬਾਅਦ ਅਸੀਂ ਤਨ 'ਤੇ ਵਸਤਰ ਪਾਉਂਦੇ ਹਾਂ, ਉਸ ਮਾਲਕ ਦਾ ਸ਼ੁਕਰ ਕਰੀਏ, ਸਤਿਗੁਰੂ ਤੇਰਾ ਰੋਮ ਰੋਮ ਸ਼ੁਕਰ ਹੈ, ਮੈਨੂੰ ਸੋਹਣੇ ਵਸਤਰ ਤੋਂ ਬਖਸ਼ੇ ਨੇ, ਮੇਰੇ 'ਤੇ ਇਤਨੀ ਕਿਰਪਾ ਕੀਤੀ ਹੈ। ਅਗਾਂਹ ਦੇਖੀਏ, ਕੋਈ ਐਸੇ ਵੀ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਤਨ ਦੇ ਉੱਤੇ ਵਸਤਰ ਪਾਉਣ ਵਾਸਤੇ ਵੀ ਕੁਛ ਨਹੀਂ ਹੈ, ਅਤੇ ਸਾਨੂੰ ਸੋਹਣੇ ਵੇਲੇ ਨੇ, ਉਸ ਮਾਲਕ ਦਾ ਫਿਰ ਸ਼ੁਕਰ ਕਰੀਏ। ਇਹਨੂੰ ਕਹਿੰਦੇ ਠਾਕੁਰ ਨੂੰ ਗਾਉਣਾ, ਆਪਣੇ ਗੁਰੂ ਦਾ ਸ਼ੁਕਰਾਨਾ ਕਰਨਾ, ਪਰਮਾਤਮਾ ਦਾ ਸ਼ੁਕਰ ਕਰਨਾ। ਠਾਕੁਰ ਗਾਈਐ ਆਤਮ ਰੰਗ, ਹੇ ਭਾਈ ਦਿਲ ਦੇ ਪਿਆਰ ਦੀ, ਦਿਲ ਦੀ ਗਹਿਰਾਈਆਂ ਤੋਂ ਉਹਦਾ ਸ਼ੁਕਰਾਨਾ ਕਰੀਏ। ਅਤੇ ਕਈ ਵਾਰ ਤਾਂ ਸਾਡਾ ਸ਼ੁਕਰਾਨਾ ਕਰਨਾ, ਭਾਵੇਂ ਉਹ ਸ਼੍ਰੀ ਅਖੰਡ ਪਾਠ ਸਾਹਿਬ ਹੈ, ਸਹਿਜ ਪਾਠ ਹੈ, ਗੁਰੂ ਕੇ ਲੰਗਰ ਹੈ, ਜਾਂ ਗੁਰੂ ਘਰ ਦੀ ਕੋਈ ਸੇਵਾ ਸੰਭਾਲ ਵਾਸਤੇ ਜਿਹਨੂੰ ਅਸੀਂ ਡੋਨੇਸ਼ਨਸ ਕਹਿੰਦੇ ਹਾਂ, ਇਹ ਹਿੱਸਾ ਪਾਉਣਾ ਹੈ। ਅਤੇ ਕਈ ਵਾਰ ਤਾਂ ਸਾਡਾ ਇਹ ਲੋਕ ਵਿਖਾਵਾ ਹੀ ਹੋ ਜਾਂਦਾ ਹੈ। ਈਵਨ ਸੰਗਤ ਵਿੱਚ ਜਾਣਾ ਵੀ ਸਾਡਾ ਲੋਕ ਵਿਖਾਵਾ ਹੋ ਜਾਂਦਾ ਹੈ, ਕਿ ਲੋਕ ਮੈਨੂੰ ਚੰਗਾ ਕਹਿਣ, ਬਸ ਆਹੀ ਹੈ। ਪਰ ਜੇ ਗੁਰੂ ਨੇ ਕਿਰਪਾ ਕੀਤੀ ਹੈ, ਸਾਡੇ ਕੋਲ ਬਹੁਤ ਕੁਝ ਹੈ, ਗੁਰੂ ਘਰ ਦੀ ਜਾਂ ਕਿਸੇ ਗਰੀਬ ਗੁਰਬੇ ਦੀ ਸੇਵਾ ਕਰਨ ਦਾ ਅਵਸਰ ਮਿਲਿਆ ਹੈ, ਅਤੇ ਬੜੇ ਪਿਆਰ ਦੇ ਨਾਲ ਹੰਬਲ ਹੋ ਕੇ, ਨਿਮਾਣਾ ਹੋ ਕੇ, ਡਾਊਨ ਟੂ ਅਰਥ ਹੋ ਕੇ ਉਹ ਸੇਵਾ ਨਿਭਾਈ, ਕਿ ਗੁਰੂ ਨੇ ਕਿਰਪਾ ਕੀਤੀ ਹੈ, ਮੈਂ ਆਹ ਸੇਵਾ ਅੱਜ ਕਰ ਰਿਹਾ। ਇਹ ਨਾ ਕਹੀਏ ਕਿ ਮੈਨੂੰ ਲੋਕ ਚੰਗਾ ਕਹਿਣ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਤੇ ਆਵਨ, ਸਹਿਜ ਸਮਾਵਨ ਸੰਗ। ਅਤੇ ਫਿਰ ਜਦੋਂ ਪਿਆਰ ਦੇ ਨਾਲ ਇਹ ਸੇਵਾਵਾਂ ਕਰਾਂਗੇ, ਗੁਰੂ ਨਾਲ ਸਾਂਝ ਬਣਦੀ ਹੈ, ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਸ਼ਰਣੀ ਪਾਵਨ, ਉਹ ਪਰਮਾਤਮਾ ਦੀ ਸ਼ਰਨ ਦੇ ਵਿੱਚ ਜੁੜੇ ਰਹਿਣ, ਭਾਵ ਗੁਰੂ ਦੇ ਨਾਲ ਜੁੜੇ ਰਹਿਣ ਦੇ ਨਾਲ ਗੁਰੂ ਨਾਲ ਇੱਕਮਿੱਕ ਹੋ ਜਾਂਦਾ ਹੈ, ਗੁਰੂ ਨਾਲ ਸਾਡਾ ਪਿਆਰ ਬਣਿਆ ਰਹਿੰਦਾ। ਜਿਵੇਂ ਕੋਈ ਦੋ ਸੱਜਣ ਨੇ, ਆਪਾਂ ਕਹਿ ਦਿੰਦੇ ਦੀ ਉਹ ਅਤੇ ਮੈਂ, ਅਸੀਂ ਇੱਕ ਜ਼ਿੰਦਜ਼ਾਨ ਹਾਂ, ਅਤੇ ਫਿਰ ਉਹ ਜ਼ਿੰਦਜ਼ਾਨ ਦੀ ਤਰ੍ਹਾਂ ਫਿਰ ਕੀ ਹੈ ਜੀ, ਗੁਰੂ ਸਾਹਿਬ ਨਾਲ ਪਿਆਰ ਬਣਿਆ ਰਹਿੰਦਾ ਹੈ, ਅਤੇ ਆਤਮਕ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ, ਇੱਕਦਮ ਨਿਰਭੈਤਾ, ਅਡੋਲ, ਸ਼ਾਂਤ ਚਿੱਤ ਵਾਲੀ। ਸਾਹਿਬ ਜੀ ਕਹਿੰਦੇ ਨੇ, ਸਿੰਗ ਦਾ ਪ੍ਰੇਜ਼ਿਸ ਆਫ ਦਾ ਗਾਡ ਵਿਦ ਦਾ ਲਵ ਆਫ ਯੂਅਰ ਸੋਲ, ਐਂਡ ਦੋਜ ਹੂ ਸੀਕ ਹਿਜ ਸੈਂਚੁਅਰੀ ਐਂਡ ਮੈਡੀਟੇਟ ਔਨ ਦਾ ਨਾਮ ਆਫ ਗੁਰੂ ਸਾਹਿਬ,
द नेम ऑफ द लॉर्ड आर ब्लेंडेड विद द लॉर्ड इन सेलेशियल पीस। इन्हू एक बड़ा वड़ा माण की गल कहीए कि मेरी जिंदगी आनंद नाल सुख नाल बतीत हो रही। तो फिर साहब कहें गुरु अर्जन देव जी महाराज वो एक सुरमा बन जाता है जो हर वक्त गुरु के दर नाल जुड़े हाँ। गुरु आप रहमत करता है तो हजूर कहें फिर एक ऐसा रंग लग जाता है जिंदगी दे विच जिन्हों हुण सतगुरु कह रहे ने जा कहो हर रंग लागू इस युग में है सो कहियत है सूरा। ही अलोन इज कॉल्ड ए वॉरियर। सूरा सूरमा योदा एक सक्सेसफुल लाइफ हु इज अटैच्ड टू द लॉर्ड्स लव। वो सूरमा है जी गुरु दे नाल जुड़ के गुरु दे रंग दे विच गुरु दे प्यार विच जिंदगी नू रंग ले आए ना उस मार्ग ते चल रहे है ते उन्नू साहब जी बड़ा सत्कार दे रहे ने माण दे रहे ने। ए जी सूरमा है। एक सूरमा असी कहने आ जिहड़ा धर्म दे युद्ध वास्ते कुर्बान हुंदा है जिन्हों साहब जी दी बाणी कहिंदी है सूरा सो पहचानिए जो लड़ै दीन के हेत पुरजा पुरजा कट मरै कबू ना छड़े खेत। भाई शबेक सिंह शाहबाज सिंह जी वर्गे भाई तारू सिंह जी वर्गे भाई मनी सिंह जी वर्गे भाई मती दास भाई सती दास भाई दयाला जी वर्गे ये भी एक सूरम गति है। एक सूरमा अपने आप को जितना है अपने जीवन को आनंदित करना है अपने जीवन को सफला करना है। तो सतगुरु कहते ने आत्म जड़ै सगल वसता कै जा का सतगुरु पूरा। पूरा गुरु जिस गुरु प्यारे नू मददगार बन जाता है वो मनुख अपने मन नू अपनी जमीर नू जित लेंदा है ते उदे ते दुनिया दे किसे मोह माया दा जा अपने आप नू दिखाउण दा ये असर नहीं रह जाता। फिर वो ते कहिंदा है कि जो कुछ है सो तेरा। साहब जी कह रहे ने थ्रू द परफेक्ट गुरु ही कॉन्कर हिज ओन सोल एंड देन एवरीथिंग कम्स अंडर हिज कंट्रोल। मेरे सतगुरु जी की यह बख्शिश हो जाती है तो अखीर विच फिर ओदा मन जुड़े हुए मन की अवस्था है जी। वो कहिंदा मेरे मालिक साढ़े ते कृपा करो कि असी जिंदगी भर तेरे सेवक तेरे दासरियां तेरे सत्संगियां दे विच ही रहिए। जन के चरण वसै है मेरे ही यरै संग पुनीता देह। संगत दा बड़ा वड़ा असर पैंदा जिंदगी ते। गुरु नालों टुटियां दी संगत मिलेगी टुट जावांगे। गुरु नाल जुड़ियां दी संगत मिलेगी जीवन सफला हो जांदा है जीवन आनंदित हो जांदा है। इस करके संगत दा ते बहुत ही प्रभाव पैंदा है। तो गुरु अगे ये अरदास करिया करिए महाराज सानू सतसंगत बख्शो तेरे जुड़े हुए तेरे बख्शे हुए गुरु प्यारियां दी। जन के चरण वसै मेरे ही अरै संग पुनीता देही। चरण तो भाव है जी संगत मिल जाना। द फीट ऑफ द लॉर्ड्स हम्बल सर्वेंट अबाइड इन माई हार्ट With them, my body, my life is made pure. संग पुनीता देही जन की तूर देहो कृपा निंद फिरे। अगे जाके मेरे सतगुरु जी होर अपने आप को निर्माणता में ले आता है कि खाली संगत ही नहीं कि मैं उन्होंने बैठा मैं उन्होंने बिल्कुल चरणा की धूड़ भाव निमाणा होके रहा ये संपूर्णता है। जन की तूर देहो कृपा निद नानक कह सुख एही। ओ ट्रेजर्स ऑफ मर्सी प्लीज ब्लेस नानक विद द डस्ट ऑफ द फीट ऑफ यूअर हम्बल सर्वेंट्स हम्बल कॉन्ग्रेगेशन। दिस अलोन ब्रिंग्स पीस पीस ऑफ माइंड पीस ऑफ लाइफ।
सक्सेसफुल लाइफ जो है इस तरह की हो जाए तो आप भी धन हो जाएगा है, अपने माता पिता ने भी धन कर लेता है, तो फिर गुरु के पासों ये दात मंगया करिए। मेरे माधव जी सतसंगत मिले सो तरिया, गुर प्रसाद परम पद पाया, सुके काष्ट हरिया, मन सुकिया होया हरिया हो जाता है। इस करके गुरु प्यारियो सतसंगत विच जरूर मन करके भावना नाल गुरु देश प्यार दे विच बैठ के बाणी पढ़िए, बैठ के बाणी सुनिए, कीर्तन करिए, कीर्तन सुनिए, तो जिंदगी अगा तुरदी है, धन हुंदी है, तो गुरु अगे अरदास करिया करिए। से प्यारे मेल जिन्हां दे मिलिया, तेरा नाम चेते आवे, नानक नाम चढ़दी कला, तेरे पाणे शरबत दा भला, भुलां चुकां दी खिमा बख्शनी जीओ। वाहिगुरु जी का खालसा, वाहिगुरु जी की फतेह।